ਹਲਕਾ ਵਿਧਾਇਕ ਡਾਕਟਰ ਰਾਜਕੁਮਾਰ ਵੱਲੋਂ ਚੱਬੇਵਾਲ ਵਿਖੇ ਸਮੂਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਮਿਤੀ ਮੈਂਬਰਾਂ ਇਲਾਕੇ ਦੇ ਪੰਚਾਂ ਸਰਪੰਚਾਂ ਨਾਲ ਨਵੇਂ ਸਾਲ ਦੀ ਆਮਦ 'ਤੇ ਸਰਪੰਚਾਂ ਦਾ ਇੱਕ ਸਾਲ ਪੂਰਾ ਹੋਣ 'ਤੇ ਪੰਚਾਇਤਾਂ ਨੂੰ ਗ੍ਰਾਂਟਾਂ ਦੇਣ ਲਈ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾਕਟਰ ਰਾਜਕੁਮਾਰ ਵੱਲੋਂ ਜੋ ਆਪਣੇ ਹਲਕੇ ਲਈ ਕੀਤਾ ਅਤੇ ਜੋ ਜਲਦ ਕਰਨ ਜਾ ਰਹੇ ਹਨ, ਜਿਵੇਂ ਕਿ 12 ਕਰੋੜ ਦੇ ਪੰਚਾਇਤੀ ਫੰਡ, ਸੜਕਾਂ, ਬ੍ਰਿਜ, ਕਾਜਵੇ ਲਈ 85 ਕਰੋੜ, 34 ਕਰੋੜ ਦੇ ਕਿਸਾਨ ਕਰਜ਼ੇ ਮਾਫ਼, 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਹਨਾਂ ਦੀ ਯਾਦ ਵਿੱਚ 4 ਪਿੰਡਾਂ ਨੂੰ 1-1 ਕਰੋੜ ਫਲਾਹੀ ਫੁਗਲਾਣਾ ਵਿੱਚ ਦਿੱਤੇ, 5-5 ਮਰਲੇ ਦੇ ਪਲਾਂਟ, 5 ਪੀਣ ਵਾਲੇ ਪਾਣੀ ਦੇ ਟਿਊਬਵੈੱਲ, 5 ਸਿੰਚਾਈ ਟਿਊਬਵੈੱਲ, ਮੁਖਲਿਆਣਾ ਵਿਖੇ ਸਰਕਾਰੀ ਕਾਲਜ ਆਦਿ ਬਾਰੇ ਵਿਸਥਾਰ ਪੂਰਵਕ ਦੱਸਿਆ। ਉਹਨਾਂ ਕਿਹਾ ਕਿ ਸਰਕਾਰ ਲੋੜਵੰਦ ਗਰੀਬਾਂ ਦੀਆਂ ਛੱਤਾਂ ਲਈ 8 ਪਿੰਡਾਂ ਨੂੰ 50-50 ਲੱਖ ਦੀ ਗ੍ਰਾਂਟ ਦੇ ਫੰਡ ਜਲਦੀ ਜਾਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਲਈ ਸਿੰਚਾਈ ਲਈ 30 ਟਿਊਬਵੈੱਲ ਮਨਜ਼ੂਰ ਹੋ ਚੁੱਕੇ ਹਨ ਅਤੇ 5 ਲੱਗ ਚੁੱਕੇ ਹਨ। ਉਹਨਾਂ ਕਿਹਾ ਕਿ ਸੜਕਾਂ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਲੋੜ ਮੁਤਾਬਕ ਚੋਆਂ ਅਤੇ ਕਾਜਵੇ ਅਤੇ ਪੁਲਾਂ ਦੀ ਉਸਾਰੀ ਜਲਦ ਕੀਤੀ ਜਾਵੇਗੀ। ਉਹਨਾਂ 2020 ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਸਾਲ ਸਾਰਿਆਂ ਲਈ ਮੰਗਲਮਈ ਹੋਵੇ। ਇਸ ਮੌਕੇ ਜਸਵਿੰਦਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮਨਪ੍ਰੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗਗਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮੇਜਰ ਸਿੰਘ ਥਿਆੜਾ, ਕਰਮਜੀਤ ਸਿੰਘ ਪਰਮਾਰ, ਸ਼ਿਵਰੰਜਨ ਸਿੰਘ ਰੋਮੀ, ਚਰਨਜੀ ਲਾਲ ਬਿਹਾਲਾ, ਗੁਰਪ੍ਰੀਤ ਸਿੰਘ ਭਾਮ, ਰਣਜਿੰਦਰ ਸਿੰਘ ਮੋਜਮਜਾਰਾ, ਅਮਨਦੀਪ ਸਿੰਘ ਕੰਮੋਵਾਲ, ਸ਼ਿੰਦਰਪਾਲ ਸਰਪੰਚ ਪੱਟੀ, ਹੈਪੀ ਡਾਂਡੀਆਂ, ਪਿੰਦਰ ਭਾਮ, ਵੰਡੀ ਸਰਪੰਚ ਮੈਲੀ, ਪਰਮਜੀਤ ਸਿੰਘ ਸਰਪੰਚ ਭੁੰਨੂ, ਬਲਵੰਤ ਕੌਰ ਭਾਣਾ, ਕਿਰਪਾਲ ਸਿੰਘ ਸਰਪੰਚ ਭਗਤੂਪੁਰ, ਬਲਵੀਰ ਚੰਦ ਈਸਪੁਰ, ਡਾਕਟਰ ਪਾਲ ਅਤੋਵਾਲ, ਲਖਵੀਰ ਸਿੰਘ ਪੱਟੀ ਸਰਪੰਚ ਰੂਪੋਵਾਲ, ਅਮਨ ਸਰਪੰਚ ਵੱਡੋ, ਗੋਪਾਲ ਸਰੂਪ ਸਰਪੰਚ ਦਾਤਾ ਸਮੇਤ ਇਲਾਕੇ ਦੇ 5 ਸਰਪੰਚ ਹਾਜ਼ਰ ਸਨ। ਕੈਮਰਾਮੈਨ ਰੋਬਿਨ ਨਾਲ ਸਾਂਝ ਨਿਊਜ਼ ਲਈ ਚੱਬੇਵਾਲ ਤੋਂ ਜਸਵਿੰਦਰ ਹੀਰ ਦੀ ਵਿਸ਼ੇਸ਼ ਰਿਪੋਰਟ। ਅੱਜ ਦੇ ਇਸ ਦਿਹਾੜੇ 'ਤੇ ਸਾਡੇ ਸਮੂਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬਾਨ, ਸਮਿਤੀ ਮੈਂਬਰ ਸਾਹਿਬਾਨ ਔਰ ਵੱਖ ਵੱਖ ਪਿੰਡਾਂ ਤੋਂ ਸਰਪੰਚ ਸਾਹਿਬਾਨ ਔਰ ਸਾਡੇ ਪਾਰਟੀ ਦੇ ਸੀਨੀਅਰ ਕਾਂਗਰਸ ਵਰਕਰ ਲੀਡਰਸ ਦੀ ਅੱਜ ਮੀਟਿੰਗ ਹੋਈ ਔਰ ਸਾਡਾ ਅੱਜ ਦਾ ਜੋ ਮੇਨ ਮੁੱਖ ਮੁੱਦਾ ਸੀ, ਜਿੱਥੇ ਸਰਪੰਚ ਸਾਹਿਬਾਨਾਂ ਦਾ ਅੱਜ 1 ਸਾਲ ਪੂਰਾ ਹੋਇਆ, ਉਸਦੇ ਵਧਾਈ ਦੇ ਸੰਬੰਧ ਦੇ ਵਿੱਚ ਅੱਜ ਇੱਕ ਮੀਟਿੰਗ ਜਿਹੜੀ ਹੈ, ਅੱਜ ਪਾਰਟੀ ਜਿਹੜੀ ਹੈ ਉਹ ਸਾਡੇ ਵੱਲੋਂ ਆਰਗਨਾਈਜ਼ ਕੀਤੀ ਗਈ ਹੈ ਔਰ ਨਵੇਂ ਸਾਲ ਦੇ ਵਿੱਚ ਵੀ ਉਹ ਵੀ ਸਾਡੇ ਸਾਰੇ ਹਲਕਾ ਵਾਸੀਆਂ ਨੂੰ ਅੱਜ ਦਿੱਤੀ ਗਈ ਹੈ ਔਰ ਅੱਜ ਦੇ ਇਸ ਦਿਹਾੜੇ 'ਤੇ ਸਾਨੂੰ ਪੰਜਾਬ ਸਰਕਾਰ ਦੇ ਅਸੀਂ ਧੰਨਵਾਦੀ ਹਾਂ ਕਿ ਸਾਨੂੰ 4 ਕਰੋੜ ਦੇ ਕਰੀਬ ਅੱਜ ਜਿਹੜਾ ਸਾਡੇ ਪਿੰਡਾਂ ਦੇ ਵਿਕਾਸ ਦੇ ਲਈ ਸਾਨੂੰ ਅੱਜ ਟੋਟਲ ਰਾਸ਼ੀ ਮਿਲੀ ਹੈ ਅਤੇ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਦੱਸਦੇ ਹੋਏ ਕਿ ਸਾਨੂੰ 150 ਕਰੋੜ ਦੇ ਕਰੀਬ ਜਿਹੜਾ ਸਾਡੇ ਹਲਕੇ ਦੇ ਵਿੱਚ ਜਿਹੜੇ ਫੰਡਸ ਆ ਚੁੱਕੇ ਆ ਔਰ ਸਾਡੇ ਸਰਪੰਚ ਸਾਹਿਬਾਨਾਂ ਨੇ ਆਪਣੇ ਪਿੰਡ ਦੇ ਵਿੱਚ ਪੈਸੇ ਲਗਾ ਕੇ, ਗ੍ਰਾਂਟਾਂ ਲਗਾ ਕੇ ਖੂਬ ਤਰੱਕੀ ਵੀ ਕੀਤੀ ਹੈ ਅਤੇ ਮੈਂ ਸਰਪੰਚ ਸਾਹਿਬਾਨਾਂ ਨੂੰ ਇਹ ਪੂਰਾ ਭਰੋਸਾ ਦਵਾਇਆ ਕਿ ਸਾਡੀ ਸਰਕਾਰ ਪਿੰਡਾਂ ਦੇ ਵਿਕਾਸ ਦੇ ਲਈ, ਹਲਕੇ ਦੇ ਵਿਕਾਸ ਦੇ ਲਈ, ਪੰਜਾਬ ਦੇ ਵਿਕਾਸ ਦੇ ਲਈ ਵਚਨਬੱਧ ਹੈ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਘੱਟ ਤੋਂ ਘੱਟ 80 ਕਰੋੜ ਰੁਪਈਆ ਜਿਹੜਾ ਆਪਣੇ ਹਲਕੇ ਦੇ ਵਿੱਚ ਅਸੀਂ ਲਗਾਈਏ ਤਾਂ ਕਿ ਜਿਹੜੀ ਹਲਕੇ ਦੀ ਨੁਹਾਰ ਬਣੇ।